ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਬਹੁਤ ਚਿਰਾਂ ਬਾਅਦ ਅੱਜ ਲੱਗੇ ਸੀ ਵੀਡੀਓ ਬਣਾਉਣ ਅਤੇ ਦਿੰਦੇ ਹਾਂ ਜਾਣਕਾਰੀ ਤੁਹਾਨੂੰ ਵੀ ਅੱਜ ਅਸੀਂ ਸੁਣ ਵਾਲੀਆਂ ਮੰਗਾਂ ਜਿਹੜੀਆਂ ਵੀ ਉਹਨਾਂ ਦਾ ਕੀ ਟ੍ਰੀਟਮੈਂਟ ਕਰਦੇ ਹਾਂ ਅਤੇ ਕੀ ਉਹਨਾਂ ਨੂੰ ਦਾਣਾ ਪਾਣੀ 'ਚ ਕੀ ਕੁਛ ਦਿੰਦੇ ਹਾਂ ਸਾਰੀ ਜਾਣਕਾਰੀ ਦੇਵਾਂਗੇ। ਅੱਜ ਦਿਨ ਤਾਂ ਕਾਫੀ ਹੋ ਗਏ ਵੀਡੀਓ ਪਾਈ ਨੂੰ, ਅੱਜ ਦਿੰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਅਤੇ ਦੱਸਦੇ ਹਾਂ ਤੁਹਾਨੂੰ ਕੀ ਕੁਛ ਉਹ ਕਰਦੇ ਹਾਂ ਜੀ ਇਹਦੇ 'ਤੇ। ਹਾਂਜੀ ਇਹ ਕਾਹਦਾ ਠੀਕ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਕੀ ਹਾਲ ਕਹਿਵਾਂ ਜੀ, ਹੋਰ ਸੁਣਾਓ। ਤਾਂ ਬਾਕੀ ਜਿਵੇਂ ਸਿੱਪੂ ਨੇ ਦੱਸਿਆ ਜੀ, ਬੜੇ ਦਿਨ ਹੋ ਗਏ ਅੱਜ ਝੋਟੀਆਂ ਸੁਣਨ ਵਾਲੀਆਂ ਦੋਨੇ ਮਾਵਾਂ ਦੀਆਂ, ਤਾਂ ਤੁਹਾਨੂੰ ਮਾੜਾ ਦਿਖਾਵਾਂਗੇ ਭਾਵੇਂ ਦੀ ਲਿਸਟੀਆਂ ਤਾਂ ਮਾੜੀਆਂ ਜਿਹੀਆਂ ਰਹਿ ਗਈਆਂ ਅਤੇ ਆਰਡਰ ਉੱਡਰ 'ਤੇ ਵੀ ਸੇਵ ਦੇਖੋ ਬਣਦੇ ਠੀਕ ਆ। ਅੱਗੇ ਜਿਵੇਂ ਆਪਾਂ ਦੂਜੇ ਨੇ ਟੀਕੇ ਆਪਾਂ ਮਤਲਬ ਵਰਤਦੇ ਹੁੰਦੇ ਸੀ, ਜਿੱਦਾਂ ਮਤਲਬ ਕੋਈ B5 ਵਗੈਰਾ ਟੀਕੇ ਵਰਤਦੇ ਸੀ, ਹੁਣ ਉਹਦੀ ਥਾਂ 'ਤੇ ਜਦੋਂ ਮੈਂ ਪਹਿਲੀ ਵਾਰ ਲਿਆਂਦਾ ਸੀ ਮੈਨੂੰ ਤਫੇ ਜਿੱਥੋਂ ਆਪਾਂ ਸਮਾਨ ਆਉਂਦਾ ਥੋਕ ਰੇਟ ਦੇ ਵਿੱਚ, ਉਹਨਾਂ ਨੇ ਮੈਨੂੰ ਡਾਕਟਰ ਨੇ ਮੈਨੂੰ ਕਹਿਤਾ ਆਪਣੇ ਪਿੰਡ ਨੇ, ਕਹਿੰਦਾ 30 ML ਦੇ ਵਿੱਚ ਆ ਬਫ ਗਰੂ, ਕਹਿੰਦਾ ਟੀਕਾ ਆਉਂਦਾ ਬਫ ਗਰੂ H, ਕਹਿੰਦਾ ਤੂੰ ਉਹ ਲਿਆ ਕਰ 30 ML ਦੀ ਬੈਲ ਮਿਲਦਾ, ਕਹਿੰਦਾ ਤੂੰ ਕਰੰਟ ਦੇਖੀ ਟੀਕੇ ਦਾ। ਆਪਾਂ ਨੂੰ ਇਹ ਚੀਜ਼ ਦਾ ਪਤਾ ਸੀਗਾ ਨਾ, ਮੈਂ ਚਲੋ ਭਰਾਵਾਂ ਨਾਲ ਆਪਾਂ ਸਾਂਝਾ ਕਰਦੇ ਹਾਂ, ਦੇਖੋ ਟੀਕੇ ਆਪਾਂ ਸਾਰਿਆਂ ਦੇ ਦੂਜੇ ਲਾਉਂਦੇ ਸੀ, ਪਰ ਬਈ ਇਹਦਾ ਵੱਖਰੀ ਰਿਜ਼ਲਟ ਮਿਲਿਆ ਠੀਕ ਹੈ। ਇਹਦੇ ਵਿੱਚ ਹੋਰ ਵੀ ਦੇਖ, ਆਹ ਤਾਂ ਇੱਕ ਤਾਂ ਟੀਕਾ ਮਤਲਬ ਸਰਿੰਜ ਦਾ ਮਾਰਾ ਬੰਦਾ ਲੈ ਆਉਂਦਾ, ਅਤੇ ਇਹ ਇਹ ਅਤੇ ਇਹ ਸੀਗਾ ਬਫ ਗਰੂ H ਹੈ, ਅਤੇ ਕੰਪਨੀ ਇਹਨਾਂ ਦੀ ਹੈਗੀ ਹੈ ਬਿੱਟ ਪਾਰਕ। ਓਕੇ, ਜਿਹੜੀ ਕੰਪਨੀ ਆ ਮਤਲਬ ਜਿਹੜੀ ਕੰਪਨੀ ਨੂੰ ਟੀਕੇ ਨੂੰ ਬਣਾਉਂਦੀ ਹੈ ਉਹ ਬਿੱਟ ਪਾਰਕ ਦੇ ਨਾਂ 'ਤੇ ਆਉਂਦੀ ਹੈ ਕੰਪਨੀ, ਜਿਹੜਾ ਇਹ ਬਫ ਗਰੋ H ਜਿਹੜਾ ਟੀਕੇ ਦਾ ਨਾਮ ਹੈ ਠੀਕ ਹੈ। ਓਕੇ, ਇਹ ਟੀਕਾ ਵੀਰੇ ਸਸਤੇ ਦਾ ਸਸਤਾ ਪੈਂਦਾ, ਇਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਨਾਲ ਵੀ ਪਾਊਂਗਾ, ਇਹਦੇ ਵਿੱਚ ਜਿਵੇਂ ਮੰਨ ਲਾ ਆਪਾਂ ਜਿਵੇਂ ਪੜ੍ਹਿਆ ਲਿਖਿਆ ਬੰਦਾ ਜਿਵੇਂ ਦਿਖਾਇਆ, ਇਹ ਕੰਪਨੀ ਦਾ ਇਹ ਵੀ ਦਾਅਵਾ ਹੈ ਵੀ ਸਾਡੇ ਦੇ ਉੱਤੇ ਉਹ ਚੀਜ਼ ਨਹੀਂ ਜਿਹੜੀ ਚੀਜ਼ ਲਿਖੀ ਹੋਊਗੀ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜੇ ਕੋਈ ਚੀਜ਼ ਚੱਲਦੀ ਹੈ ਹੈ ਨਾ ਕੋਈ ਸਟੇਟ ਲੈਵਲ 'ਤੇ ਮੰਨ ਲਓ, ਇੰਡੀਆ ਲੈਵਲ 'ਤੇ ਮੰਨ ਲਓ, ਉਹ ਪੂਰੀ ਸਰੇ ਦੀ ਧੱਕੜ ਠੀਕ ਆ। ਜਿਹੜੀਆਂ ਚੀਜ਼ਾਂ ਇਹਦੇ ਵਿੱਚ ਇਕੱਲੀ ਇਕੱਲੀ ਚੀਜ਼ ਲਿਖੀ ਵੀ ਹੈ ਨਾ, ਉਹ ਜਿਵੇਂ ਆਮ ਟੀਕਾਂ ਦੇ ਵਿੱਚ ਤਾਂ ਉਹ ਚੀਜ਼ਾਂ ਹੁੰਦੀਆਂ ਨਹੀਂ ਵੀਰੇ, ਆਪਾਂ ਨੂੰ ਹਜੇ ਘੱਟ ਪੜ੍ਹਿਆ ਲਿਖਿਆ, ਆਪਾਂ ਨੂੰ ਉਹ ਚੀਜ਼ਾਂ ਦਾ ਨਹੀਂ ਪਤਾ, ਤਾਂ ਮੈਂ ਇਹਦਾ ਤਾਂ ਬਸ ਰਿਜ਼ਲਟ ਤੁਹਾਨੂੰ ਬਸ ਇਕੱਲਾ ਪੇਸ਼ ਹੀ ਕਰ ਸਕਦਾ, ਨਾਲੇ ਝੋਟੀ ਲੱਸੀ ਆ ਅਤੇ ਤੁਸੀਂ ਅਜੇ ਦੇਖੋ ਅਜੇ 2-4 ਦਿਨ ਤਾਂ ਉਹ ਸੁਣਦੇ ਨਹੀਂ, ਤਾਂ ਜਦੋਂ ਤਣੀ ਦੇ ਨਾਲ ਉਹਦੀ ਧੀ ਆ ਬਾਈ, ਅਤੇ ਇਹ ਵੀ 5 ML ਹੀ ਲੱਗਦਾ, ਜਿਹੜਾ ਟੀਕਾ ਆਪਣਾ ਇਹ ਰੂਟੀਨ ਚ ਮਤਲਬ 5 ML ਮੇਰੇ ਹਿਸਾਬ ਨਾਲ 450 ਦਾ ਆਇਆ ਆਪਾਂ ਨੂੰ, 30 ML 450 ਦਾ ਆਇਆ ਮਤਲਬ ਮੰਨ ਲਾ ਇਹ 550 ਘੰਟਾ ਹੁੰਦਾ, ਮੈਂ ਵੀ ਪਰਚੀ ਤਾਂ ਮੇਰੀ ਪਈ ਆ ਯਾਦ ਨੀ ਵੀ ਇਹ ਮੇਰੇ ਹਿਸਾਬ ਨਾਲ ਤਕਰੀਬਨ 450 ਦਾ ਮਤਲਬ 560 ਰੇਟ ਆ, 450 450 ਦਾ ਹੋਊਗਾ, 6 ਟੀਕੇ ਆਉਂਦੇ ਆ ਬਾਈ, ਤੁਸੀਂ ਐਂ ਦੇਖ ਲਓ ਵੀ ਕਿੰਨੇ ਦਾ ਬਹਿ ਗਿਆ ਇੱਕ ਟੀਕਾ, 5 ML ਹੀ ਲੱਗਣਾ ਬਾਈ, 6 ਦਿਨ ਲਗਾਤਾਰ ਲੱਗੂ ਠੀਕ ਹੈ, 6 ਨਹੀਂ ਲਗਾਤਾਰ ਨਾ, ਇੱਕ ਇੱਕ ਦਿਨ ਸਨ ਸੱਟ ਕੇ ਲਾਈ ਚਲੋ, ਅੱਛਾ ਮਤਲਬ ਇੱਕ ਤੀਜਾ ਲੱਗ ਜਾਂਦਾ ਮਤਲਬ, ਯਾਨੀ ਕਿ ਇਹ ਕੰਪਨੀ ਦਾ ਦਾਵਾ ਯਾਰ, ਉਹ ਕਹਿੰਦੇ ਵੀ ਜਿਵੇਂ ਮਟੈਟ ਹੋ ਗਈ ਬੜੀਆਂ ਚੀਜ਼ਾਂ ਉਹਨਾਂ ਨੇ ਦੱਸਣਾ ਵੀ ਦੁੱਧ ਨਹੀਂ ਬਣਦਾ ਉਹ ਨਹੀਂ ਕਰਦਾ, ਉਹ ਚੀਜ਼ਾਂ ਤੁਹਾਨੂੰ ਕਿਤੇ ਆਪਾਂ ਲੈ ਵੀ ਲਓ ਚੱਲੀ, ਉਹਦੇ ਲਈ ਕਾਪੀ 'ਤੇ ਲਿਖਾਂਗੇ ਪੰਜਾਬੀ 'ਚ, ਕਾਪੀ 'ਤੇ ਲਿਖ ਕੇ ਆਪਾਂ ਸਾਰਾ ਕੁਛ ਉਦੋਂ ਬਣਾਵਾਂਗੇ। ਹੁਣ ਜਿਵੇਂ 30 ML ਦੀ ਬੈਲ ਆ, ਉਹ ਕਹਿੰਦੇ ਵੀ ਬਸ 2 ML ਜਿਵੇਂ ਤੁਸੀਂ ਆਪਾਂ ਦੂਜਾ ਟੀਕਾ ਲਿਆਉਣਾ ਆਪਾਂ ਨੂੰ 250 ਦਾ ਪੈਂਦਾ ਠੀਕ ਹੈ, ਜੇ 5 ਟੀਕੇ ਵੀ ਲੱਗੇ ਉਹੀ ਰੁਪਏ ਦੇ ਲੱਗ ਕੇ, ਅਤੇ ਜੇ ਇਹ ਆਪਾਂ 1000 ਦੇ ਲਾਉਣੇ ਹੁਣ ਗੱਲ ਬਣ ਜੇ, ਉਹ ਕਹਿੰਦੇ ਵੀਰੇ ਇੰਨਾ ਕੁ ਟਾਈਮ ਪਹਿਲਾਂ ਤੁਸੀਂ 20 ਦਿਨ ਪਹਿਲਾਂ ਲਾਉਣ ਲੱਗ ਜਾਓ, ਦੂਜਾ ਦਿਨ ਸਨ ਸੱਟ ਲਓ, 1 ਦਿਨ ਸਨ ਸੱਟ ਲਓ, ਲਾਉਂਦੇ ਜਾਓ ਠੀਕ ਹੈ। ਇਹਨੇ ਜਿਹੜੀਆਂ ਘਾਟਾਂ ਗੀਆਂ ਬਾਈ ਸਾਰੀਆਂ A to Z ਪੂਰੀਆਂ ਕਰ ਦੇਣੀਆਂ, ਇਹਦੇ ਵਿੱਚ ਬਾਹਲੀਆਂ ਜ਼ਿਆਦਾ ਸਮੱਸਿਆ ਦਾ ਇਹਦਾ ਹੱਲ ਬਣਦਾ ਠੀਕ ਹੈ। ਅਤੇ ਲਾਉਣਾ ਇਹ ਵੀ ਆਪਾਂ ਮਤਲਬ ਉਹੀ ਆ 5 ML ਹੀ ਹੈ ਠੀਕ ਹੈ, ਨਾਲ ਆਹ ਛੋਟੀ ਜਿਹੜੀ ਪੈਕਿੰਗ ਲੈਂਦੇ ਹਾਂ ਉਹਦੇ ਨਾਲ ਸੂਈ ਅਤੇ ਸਰਿੰਜ ਸਾਰਾ ਕੁਛ ਨਾਲ ਹੀ ਹੁੰਦਾ ਠੀਕ ਹੈ। ਪਰ ਜਿਹੜਾ ਲੈਣ ਦਾ ਫਾਇਦਾ ਜਦੋਂ ਪਸ਼ੂਆਂ ਦੇ ਵਿੱਚ ਆਪਾਂ ਲਾਉਣੀ ਆ ਤਾਂ 30 ML ਲੈਣ ਦਾ ਬੜਾ ਫਾਇਦਾ, ਜਿਹੜਾ 30 ML ਟੀਕਾ ਉਹਦਾ ਬਾਈ ਬੜਾ ਨਜ਼ਾਰਾ ਠੀਕ ਹੈ। ਮੰਨ ਲਾ ਵੀ ਹੁਣ ਇਹਦੇ 'ਚ ਮਤਲਬ 20 ਦਿਨ ਪਹਿਲਾਂ ਲਾਉਣ ਲੱਗਣੇ ਆਪਾਂ ਇਹ
ਤੇ ਤੀਜੇ ਦਿਨ ਟੀਕਾ ਲਾਉਣਾ ਹੈ 5 ml। ਹਾਂ ਅਰੇ ਸਿਰੰਜ ਵੀ ਇਹਨਾਂ ਨੇ ਨਾਲ 5 ml ਦੀ ਦਿੱਤੀ ਵੀ ਆ। ਓਕੇ ਤਾਂ ਤੀਜੇ ਦਿਨ ਜੇ ਟੀਕਾ ਆਪਾਂ ਲਾਈ ਜਾਂਦੇ ਹਾਂ ਤਾਂ 20-25 ਦਿਨ ਪਹਿਲਾਂ ਲੱਗ ਜੇ, ਯਾਨੀ ਕਿ 6 ਟੀਕੇ ਕਬੈਲ 30 ਮੰਦੀ ਯਾਰ ਪਹਿਲਾਂ ਲਾ ਦੋ ਯਾਰ। ਓਕੇ ਤੇ ਮਗਰੋਂ ਉਹ ਕਹਿੰਦੇ ਮਗਰੋਂ ਵੀ ਜਦੋਂ ਮਤਲਬ ਮੰਨ ਲਾ ਜੇ ਤੁਹਾਨੂੰ ਪਤਾ ਲੱਗਦਾ ਕੋਈ ਮੱਝ ਦਾ ਮਗਲੀ ਵਾਰ ਥਣ ਬੈਠਿਆ ਉਸ ਕਰ ਗਿਆ, ਇਹਨਾਂ ਦੇ ਵਿੱਚ ਉਹ ਚੀਜ਼ਾਂ ਵੀ ਵਿੱਚ ਆ ਜਿਹੜੀਆਂ ਮਤਲਬ ਆਪਾਂ ਗੰਢ ਖੋਰ ਨੂੰ ਅੱਡ ਨਹੀਂ ਚੀਜ਼ਾਂ ਪਾਉਂਦੇ ਹੁੰਦੇ ਵੀ ਉਹ ਮਟੀਰੀਅਲ ਪਾਊਡਰ ਪਾ ਦਿਓ, ਉਹ ਪਾ ਦਿਓ, ਉਹ ਪਾ ਦਿਓ, ਪੜਵਾ ਚੀਜ਼ਾਂ, ਉਹ ਸਾਰਾ ਕੁਝ ਵਿੱਚ ਆ। ਜੇ ਤੁਹਾਨੂੰ ਲੱਗਦਾ ਵੀ ਕੋਈ ਮਤਲਬ ਇਹਦੇ ਵਿੱਚ ਗੰਢ ਆ ਥਣ ਦੇ ਵਿੱਚ ਸੂਣ ਤੋਂ ਬਾਅਦ ਲੇਵੇ ਦੀ ਕੋਈ ਵੀ ਪ੍ਰੋਬਲਮ ਆ ਸਾਰਿਆਂ ਤੱਕ। ਹਾਂ 5-6 ਟੀਕੇ ਪਹਿਲਾਂ ਲਾ ਦਿਓ ਯਾਰ, ਜਿਹੜੀ ਦੇ ਮਾੜਾ ਮੋਟਾ ਥਣ 'ਚ ਪ੍ਰੋਬਲਮ ਲੱਗਦੀ ਆ ਸੂਣ ਤੋਂ ਬਾਅਦ, ਤੀਜੇ ਦਿਨੀ 5-6 ਟੀਕੇ ਬਾਅਦ 'ਚ ਲਾ ਦਿਓ, 2 ਪਹਿਲਾਂ ਲਾ ਦਿਓ ਜਿਹੜੀ 'ਚ ਨੁਕਸ ਹੈ, ਤਾਂ ਬਈ ਬੱਲੇ ਬੱਲੇ ਕਰਾ ਦਿਓ ਸਾਰੀਆਂ ਚੀਜ਼ਾਂ, ਗੰਢਾਂ ਗੁੰਢਾਂ ਕੁਛ ਨਹੀਂ ਥਣ ਦੇ ਵਿੱਚ ਰਹਿੰਦੀਆਂ, ਅਤੇ ਦੁੱਧ ਦਾ ਤੁਸੀਂ ਰਿਜ਼ਲਟ ਦੇਖਣਾ ਅਤੇ ਕਿੰਨਾ ਵੱਧਦਾ, ਅਤੇ ਜਦੋਂ ਵੀ ਤੁਸੀਂ ਇਹ ਲੈਣਾ ਆ ਰਹੇ ਆ 30 ml ਦੀ ਪੈਕਿੰਗ ਆ, ਠੀਕ ਹੈ, ਬਫ ਗਰੋ ਇਹਦਾ ਨਾਂ ਗਾ, ਬਫ ਗਰੋ ਐਚ, ਠੀਕ ਹੈ, ਇਹਨੂੰ ਐਂ ਦਿਖਾ ਦੇ, ਬਫ ਗਰੋ ਐਚ ਹੈ, ਠੀਕ ਹੈ, ਬਿੱਟ ਪਾਰਕ ਕੰਪਨੀ ਹੈ, ਇੱਧਰ ਨਹੀਂ ਆ ਰਿਹਾ ਨਾ, ਨਹੀਂ ਨਹੀਂ ਇਹ ਦੂਰ ਦੂਰ ਤੋਂ ਆਊਗੀ, ਠੀਕ ਹੈ, ਆਈ ਨਹੀਂ, ਇਹ ਫੋਕਸ ਫੋਕਸ ਪਾਰਟ ਦਾ ਨਾ, ਅਰੇ ਇੱਧਰ ਦਿਖਾ, ਉਹ ਤਾਂ ਇੱਧਰ ਦਿਖਾ ਦਿੱਤਾ, ਇੱਧਰ ਦਿੰਦਾ, ਹਾਂ ਦਿੰਦਾ ਨਾ ਦੂਰੋਂ, ਇਹਦਾ ਤਾਂ ਪੂਰਾ ਦਿੰਦਾ, ਠੀਕ ਹੈ, ਦਿੰਦਾ ਪੂਰਾ, ਅਤੇ ਇਹ ਇਹ ਹੈਗਾ, ਠੀਕ ਹੈ, ਅਤੇ ਇਹ ਦੇਖ ਲਓ ਪਹਿਲਾਂ ਦਿਖਾਤਾ, ਹਾਂਜੀ ਬਫ ਕਰੋ ਐਚ ਆ ਗਿਆ ਜੀ, ਬਿੱਟ ਪਾਰਕ ਕੰਪਨੀ ਆ ਇਹ ਜਿਹੜੀ ਹੁੰਦੀ ਹੈ, ਲਓ ਜੀ ਦੇਖੋ ਸਾਰੇ ਪਸ਼ੂ ਕਰ ਰਹੇ ਆਰਾਮਦਾਰੀ, ਤੇ ਹੋ ਗਿਆ ਸਾਡਾ ਸੰਨੀ ਦਾ ਟਾਈਮ, ਤੇ ਹੁਣ ਅਸੀਂ ਸੰਨੀ ਵੀ ਲਾਈ ਜਾਂਦੇ ਨਾਲ ਦੀ ਨਾਲ, ਦਾਣਾ ਵੀ ਹੁਣ ਪਾਉਣਾ ਹੈ, ਠੀਕ ਹੈ, ਪਰ ਦਾਣਾ ਵੀ ਇਹ ਟਾਈਮ ਹੁੰਦਾ ਤੇ ਇਹਨਾਂ ਦੇ ਲਾਉਣਾ ਵੀ ਜ਼ਰੂਰੀ ਆ, ਹੁਣ ਸਿਰੰਜ ਸੂਈ ਬਦਲੀ ਮੂੰਹ ਮੁੜ ਗਿਆ ਸੀਗਾ ਤੇ ਮੁੜ ਕੇ ਔਖਾ ਹੋਇਆ, ਕਿਉਂਕਿ ਹੈਡ ਨੰਬਰ ਦੀ ਹੁੰਦੀ ਥੋੜ੍ਹੀ ਜਿਹੀ ਮੋਟੀ ਹੁੰਦੀ ਆ, ਓਕੇ, ਦੂਜੀ ਨਾਲ ਹਾਂ ਕਰ ਦੇਣੀ, ਤੇ ਨਾਲ ਕਿਹੜਾ ਦੂਰ ਕਰਦੇ ਇਹਨੂੰ ਬੜਾ ਨੇੜੇ ਦੇਖ, ਤਾਂ ਕਿੰਨੀ ਤੱਕ ਲੱਗਿਆ ਐਂ ਦਿਖਾ ਦਿੰਦੀ ਆ, ਦੇਖ ਹੱਕੀ ਇਹਨੂੰ ਚੜ ਦੇਖ ਤਿਆਰ ਹੁੰਦਾ, ਤਾਂ ਨਾਲੇ ਹਜੇ ਮੱਲਾ ਹਜੇ ਬਲ ਬੁਲ ਇਹਨੂੰ ਕੱਢਣ ਦੇ, ਹਜੇ ਹਜੇ ਤੂੰ ਦੇਖ ਹੀ ਚੱਲੀ ਵੀ ਬਣਦਾ ਕੀ ਆ, ਅਤੇ ਉਦੋਂ ਬਾਅਦ ਆਹ ਝੋਟੀ ਦੇਖ ਲਓ ਹਜੇ, ਅਤੇ ਇਹਦੇ ਵੀ ਦਿਨ ਬਹੁਤ ਰਹਿ ਗਏ, ਅਤੇ ਥੰਦ ਹਜੇ ਛੋਟਾ ਦਿਖਾਈ ਦੇਈ ਜਾਂਦੇ, ਹਜੇ ਦਿਨ ਬਹੁਤ ਪਏ ਆ, ਅਤੇ ਆਡਰ ਉਡਰ ਬਹੁਤ ਖੋਲੀ ਤੁਰੀ ਜਾਂਦੀ ਹੈ, ਤਾਂ ਬਾਕੀ ਸਾਰਾ ਦਿਖਾਵਾਂਗੇ ਹੁਣ ਨਾ, ਐਚ ਵੀ ਜੀ ਕਰੀ ਜਾਂਦੇ ਸੰਨੀ ਦੀਆਂ ਦੂਜਿਆਂ ਨੂੰ ਪਾਈ ਜਾਂਦੇ, ਅਤੇ ਆਹਦੇ ਤਾਂ ਹੀ ਉਹ ਕਰੀ ਜਾਂਦੀਆਂ, ਤਾਂ ਦੇਖ ਸਕਦੇ ਹਾਂ ਜੀ ਮੈਂ ਮਾਵਾਂ ਧੀਆਂ, ਨਾਲੇ ਆਹਦੇ ਇਸ ਬੋਡੀ ਤੋਂ ਲੱਸੀ ਰਹਿ ਗਈ, ਲੈ ਫੜੀ ਯਾਰ ਕੱਲਾ ਤਾਂ ਹੁਣ ਫਲੋਸਦੇ ਰਹਿ ਗਿਆ, ਠੀਕ ਹੈ, ਇਹੀ ਤਾਂ ਚੀਜ਼ ਹੈ, ਪਰ ਤੁਹਾਨੂੰ ਮਹਿਸੂਸ ਨਾ ਹੋਵੇ,
ਵੀ ਅਸੀਂ ਕੀ ਕਰਨਾ ਪਸ਼ੂ ਨਾ ਇੱਕ ਚੀਜ਼ ਮੈਂ ਦੇਖਿਆ ਜਦੋਂ ਕਈ ਵਾਰ ਟੀਕਾ ਲਾਉਂਦੇ ਨਾ ਬੰਦੇ ਕੀ ਕਰੀ ਅਸੀਂ ਵੀ ਸੂਈ ਜੀ ਲਾਹ ਤੇ ਧੌਣ ਦੇ ਕੋਲੇ ਕਰ ਲਈ ਉਹ ਡਰ ਗਈ ਫਿਰ ਕਰ ਲਈ ਡਰ ਗਈ ਉਹ ਪਸ਼ੂ ਭਾਵੇਂ ਡਰਿਆ ਵੀ ਠਿੱਠ ਕਰੀ ਜਾਂਦਾ ਜਦੋਂ ਪਸ਼ੂ ਨੂੰ ਜਾਣਾ ਜਦੋਂ ਇਹ ਟੀਕਾ ਲਾਉਣਾ ਇਹਦੇ ਨਾਲ ਸੂਈ ਵੀ ਪੱਤਦੀ ਹੁੰਦੀ ਹੈ ਜਿਹੜਾ ਜਮਾਂ ਕੋਲਾ ਮਸਲ ਹੁੰਦਾ ਜਿੱਥੇ ਜ਼ਿਆਦਾ ਪਤਾ ਹੁੰਦਾ ਵੀ ਇਹ ਮਾਸ ਜਿਹੜਾ ਪਤਾ ਹੁੰਦਾ ਉੱਥੇ ਲਾਉਣਾ ਹੁੰਦਾ ਸੀ ਹੈ ਨਾ ਤਾਂ ਇਹਨੂੰ ਚੁੱਪ ਕਰਕੇ ਜਾਓ ਸਿਰੰਜ 'ਚ ਫੜੋ ਬਸ ਉਹਨੂੰ ਮਾੜਾ ਜਿਹਾ ਮਾਰ ਕੇ ਹੱਥ ਜਾ ਕੇ ਬਸ ਲਾ ਦਿਓ ਇੰਨੇ ਦੀ ਗੱਲਬਾਤ ਉੱਥੇ ਹੋ ਜਾਣੀ ਹੈ ਅਤੇ ਇਹ ਇਹ ਸਾਡੀ ਮਿੱਠੇ ਥੋੜ੍ਹੀ ਜਿਹੀ ਡਿੱਟੀ ਜਿਹੀ ਚਲੋ ਸ਼ੇਅਰ ਲਾ ਦਾਂਗੇ ਦਾਣੇ ਦੇ ਅਤੇ ਇਹ ਹੁਣ ਆਪਾਂ ਲਾ ਗਿਆ ਹੁਣ ਰਹਿ ਗਿਆ ਦੂਜੀ ਝੋਕੀ ਦੇ ਠੀਕ ਹੈ ਜੀ ਤਾਂ ਇਹ ਆਪਣਾ ਜਿਹੜਾ ਟੀਕਾ ਉਸ ਕੰਮ ਨੂੰ ਹੈ ਓਕੇ ਹੁਣ ਆ ਝੋਕੀ ਦੇ ਲਾਵਾਂਗੇ ਮੂਹਰੇ ਹੁਣ ਜਦੋਂ ਟਾਈਮ ਰਹਿ ਗਿਆ ਜਿਹੜੀ ਜਿਵੇਂ ਹੁਣ ਇਹਦੇ ਆ ਇਹਦੇ ਉਹਨਾਂ ਦੀ ਤਸੱਲੀ ਹੈ ਜਦੋਂ ਆਹ ਮਤਲਬ ਝੋਟੀ ਹੋਣ ਲੱਗੀ ਕੋਈ ਵੀ ਚੀਜ਼ ਤੇ ਟਾਈਮ ਹਾਂ ਜਦੋਂ ਮੰਨ ਲਾ ਇਹਦੇ ਇੱਕ ਦੋ ਹੀ ਆਏ ਸੀ ਥੋੜ੍ਹਾ ਜਿਹਾ ਕੰਟਰੋਲ ਕਰ ਗਈ ਸੀ ਬਾਈ ਹੁਣ ਉਹ ਕਹਿੰਦੇ ਸੂਣ ਤੋਂ ਪਹਿਲਾਂ ਚੱਲ ਗੋਹਾਇਆ ਕਰਦੇ ਇਹਨੂੰ ਕਰ ਲਾ ਘੜੀ ਤੇ ਉਦੋਂ ਬਾਅਦ ਉਹ ਕਹਿੰਦੇ ਵੀ ਜਿਹੜੀ ਮਤਲਬ ਮੰਨ ਲਾ ਇਹ ਜਦੋਂ ਹੁਣ ਸੂਣ ਵਾਲੀ ਹੋਈ ਤੁਸੀਂ ਸਾਨੂੰ ਪੁੱਛ ਕੇ ਤੁਸੀਂ ਇੱਕ ਮਹੀਨਾ ਪਹਿਲਾਂ ਠੀਕ ਹੈ ਤੁਸੀਂ ਜਿਹੜਾ ਸਾਡਾ ਇਹ ਬਸ ਕਰੋ ਐਚ ਹੈ ਠੀਕ ਹੈ ਜੀ ਬਿੱਟ ਪਾਰ ਕੰਪਨੀ ਦਾ ਉਹ ਕਹਿੰਦੇ ਵੀ ਤੁਸੀਂ ਇਹ ਟੀਕਾ ਤੁਸੀਂ ਜਿਵੇਂ ਮੰਨ ਲਾ ਇੱਕ ਬੈਲ ਇਹਦੇ ਪਹਿਲਾਂ ਲਾ ਦਿਓ ਇੱਕ ਬੈਲ ਤੋਂ ਵੱਧ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਜਿਹੜੇ ਇਹਦੇ ਮਤਲਬ ਜਿਵੇਂ ਬਿੰਗਾ ਹੋ ਗਿਆ ਉਹ 40 ਪਾਰਟ ਗਈ ਹੈ ਨਾ ਸਾਰਾ ਕੁਛ ਹੋ ਗਿਆ ਜਿਵੇਂ ਚੱਡਾ ਚੜ ਗਿਆ ਉਹਦੇ ਤੁਸੀਂ ਜਿਹੜਾ ਟੀਕਾ ਲਾਉਣਾ ਉਹ ਕਹਿੰਦੇ ਵੀ ਇਹਦੇ ਵਾਸਤੇ ਤੂੰ ਦੋ ਪਹਿਲਾਂ ਪਹਿਲੀ ਫੜ ਕੇ ਲਈ ਤੂੰ ਇਹਦਾ ਕੋਈ ਨੁਕਸਾਨ ਨਹੀਂ ਜਿਵੇਂ ਦੂਜੇ ਦਾ ਵੀ ਗਰਮ ਐਂ ਕਰ ਗਿਆ ਹੈ ਨਾ ਤਾਂ ਇਹਦੇ ਵਿੱਚ ਜਿਹੜਾ ਸਿਸਟਮ ਆ ਉਹ ਕਹਿੰਦੇ ਵੀ ਤੁਸੀਂ ਤੀਜੇ ਦੂਜੇ ਦਿਨ ਜਿਵੇਂ ਇਹਨੂੰ ਮਹੀਨਾ ਪਹਿਲਾਂ 35 ਦਿਨ ਪਹਿਲਾਂ ਲਾ ਲਾ ਠੀਕ ਹੈ ਜੇ ਤੀਜੇ ਚੌਥੇ ਦਿਨ ਲਾ ਲਿਆ ਇਹਦੇ ਘੱਟੋ ਘੱਟ 8 ਤੋਂ 10 ਟੀਕੇ ਲਾ ਲਏ ਪਹਿਲਾਂ ਠੀਕ ਹੈ ਅਤੇ ਜਦੋਂ ਸੂਈ ਕਹਿੰਦੇ ਵੀ ਤੈਨੂੰ ਆਪ ਪਤਾ ਲੱਗ ਜੂ ਵੀਰੇ ਇੱਕ ਇੰਨਾ ਵੀ ਨਹੀਂ ਕਹਿੰਦੇ ਫਰਕ ਛੱਡਦੀ ਨਾ ਦੁੱਧ 'ਚ ਫਰਕ ਛੱਡੇ ਘਾਟ ਵੱਧ ਸਭ ਪੂਰੀ ਕਰ ਦੂ ਅਤੇ ਨਾਲੇ ਜਿਹੜਾ ਚੱਡਾ ਮਾੜਾ ਮੋਟਾ ਚੜਿਆ ਵਾ ਥਣ ਕੋਈ ਚੜਿਆ ਵਾ ਸਾਰਾ ਬਰੋਬਰ ਕਰ ਦਿਓ ਜਿਹਦੇ ਚੱਡੇ ਦੇ ਵਿੱਚ ਗੰਢਾਂ ਬਣ ਜਾਂਦਾ ਥਣਾਂ 'ਚ ਗੰਢਾਂ ਬਣ ਜਾਂਦੀਆਂ ਨਾ ਉਹ ਗੰਢ ਬਣ ਦੇਵੇ ਇਹ ਸਾਰਾ ਕੁਝ ਟੀਕਾ ਇੱਕ ਹੈ ਇਹਨੇ ਮਤਲਬ ਮੰਨ ਲਾ ਸਾਰੇ ਵਿਟਾਮਿਨ ਵਾਲੀ ਘਾਟਾਂ ਪੂਰੀਆਂ ਕਰਨੀਆਂ ਨੇ ਆਰਟਰ ਵੀ ਬਣਾਉਣਾ ਜੇ ਕੋਈ ਗੰਢ ਆ ਉਹ ਵੀ ਬਣਾਉਣੀ ਆ ਜੇ ਕੋਈ ਜਾਲੀ 'ਚ ਫੜਦਾ ਮਤਲਬ ਮੰਨ ਲਾ ਜਿਵੇਂ ਮੰਨ ਲਾ ਕੋਈ ਚੱਡੇ ਦੇ ਵਿੱਚ ਪ੍ਰੋਬਲਮ ਹੁੰਦੀ ਆਪਾਂ ਜਿਵੇਂ ਆਪਾਂ ਆਮ ਜੇ ਕਹਿੰਦੇ ਆਪਾਂ ਹਾਂ ਦੇਸੀ ਜਾਲ ਵੀ ਜਿਹੜੀ ਜਾਲੀ ਹੁੰਦੀ ਆ ਨਸ਼ਾਂ ਦੀ ਬਣੀ ਦੀ ਸਾਰੀਆਂ ਦੀ ਜਦੋਂ ਦੁੱਧ ਪੈਦਾ ਹੁੰਦਾ ਉਹ ਜਦੋਂ ਪਾੜ ਜਾਂਦੀਆਂ ਹਨ ਮਤਲਬ ਜਿਹੜੇ ਸੈੱਲ ਹੁੰਦੇ ਆ ਸੈੱਲ ਟੁੱਟ ਜਾਂਦੇ ਆਪਸ ਨੇ ਇਹਨਾਂ ਨੇ ਸੈੱਲ ਜੋੜਨ ਨੂੰ ਵੀ ਉਹੀ ਕੰਮ ਕਰਨਾ ਇਹਦੇ ਯਾਰ ਟੀਕਾ ਇਹ ਇਕੱਲਾ ਅਤੇ ਪਰ ਇਹਦੇ ਵਿੱਚ ਜਿੰਨੀ ਕੁ ਤੁਸੀਂ ਐਂ ਮੰਨੋ ਦੇਖ ਲਓ ਜਿੰਨਾ ਸਮਾਨ ਪਾਇਆ ਤਾਂ ਉਹਨਾਂ ਦਾ ਆਪਾਂ ਹੈਰਾਨ ਹੀ ਹੋ ਗਏ ਪੜ੍ਹ ਕੇ ਉਹਦੇ ਉੱਤੇ ਉਹਨਾਂ ਨੇ ਇਹ ਦੱਸਿਆ ਵੀ ਤੂੰ ਵੀ ਸਿਸਟਮ ਜੋ ਕਰਿਆ ਤਾਂ ਪਹਿਲਾਂ ਮੈਂ ਦੇਖਦਾ ਮੈਂ ਉਹਨੂੰ ਦੱਸਿਆ ਮੈਂ ਡਾਕਟਰ ਅੱਗੇ ਵੀ ਅਸੀਂ ਲਾਏ ਮੈਂ ਬਹੁਤ ਸੋਹਣੀ ਤਿਆਰ ਹੋਈ ਹੈ ਨਾ ਉਹ ਕਹਿੰਦਾ ਵੀ ਐਂ ਨਹੀਂ ਵੀ ਜਿਵੇਂ ਅੱਗੇ ਤਾਂ ਤੁਸੀਂ ਐਂ ਮੰਨ ਲਓ ਵੀ 30 ML ਦੇ ਮਾਰੇ ਲਏ ਸੀ ਵੀ ਚੱਲ 30 ML 'ਚ ਆਹ ਕੰਪਨੀ ਦਾ ਇਹ ਲੈ ਲਓ ਠੀਕ ਹੈ ਦੂਜਾ ਮਹਿੰਗਾ ਪੈਂਦਾ ਉਹ ਕਹਿੰਦੇ ਸਾਡੇ ਦਿਮਾਗ 'ਚ ਇਹ ਵੀ ਵਰਤੋ ਵੀ ਸ਼ੁਰੂ ਤੋਂ ਇਹ ਲਾਉਣੇ ਆ ਐਤੀ ਰਿਜ਼ਲਟ ਦੇਖ ਲਾ ਸਾਰੇ ਸ਼ੁਰੂ ਤੋਂ ਪਹਿਲਾਂ ਇੱਕ ਛੁੱਟੀ ਦੇ ਲਿੱਤਾ ਆਪਾਂ ਜਿਵੇਂ ਮੈਂ ਅੱਤੀ ਮੌਕੇ ਦੇ ਸੁਣਨ ਵਾਲੀ ਸੀ ਵਧੀਆ ਹੋ ਗਿਆ ਡਾਕਟਰ ਵਜੇ ਖਤਮ ਹੋ ਗਿਆ ਜਿਹੜਾ ਮਾੜਾ ਮੋਟਾ ਬੁੱਤਾ ਆਉਂਦਾ ਸੀਗਾ ਅਤੇ ਹੁਣ ਮੰਨ ਲਾ ਰੂਟੀਨ ਦੇ ਵਿੱਚ ਇਹ ਚੱਲਣ ਲੱਗ ਗਈ ਓਕੇ ਫਿਰ ਹੁਣ ਬਾਕੀ ਇਹੀ ਮਤਲਬ ਜਿਹੜੀ ਮੱਝ ਦੇ ਸੁਣਨ ਉਹਦੀ ਇਹੀ ਹੀ ਲਾਉਣਾ ਆਪਾਂ ਹੁਣ ਇਹਦੀ ਝੋਟੀ ਹੈ ਇਹ ਝੋਟੀ ਵੀ ਇਹੀ ਲਾ ਲੈਣਾ ਠੀਕ ਹੈ ਮੇਰੇ ਵਿੱਚ ਇਹ ਲੱਗਦਾ ਉਹ ਪਹਿਲਾਂ ਟੀਕਾ ਲਾਇਆ ਨਾ ਤੁਹਾਡੇ ਪੌਣੇ ਪੂਰੀ ਜੋਰ ਦਾਣ ਜੋਗਦੇ ਆ ਹੈ ਤਾਂ ਠੀਕ ਹੈ ਜੀ ਦਿੱਤੀ ਜਾਣਕਾਰੀ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਕਿਤੇ ਤੁਸੀਂ ਵੀ ਵਰਤ ਕੇ ਦੇਖਿਓ ਹਾਂ ਰਿਜ਼ਲਟ ਬਹੁਤ ਚੰਗਾ ਰਿਜ਼ਲਟ ਤੁਹਾਨੂੰ ਮਿਲਦੀ ਮਿਲਣਾ ਜਦੋਂ ਚੀਜ਼ ਤਾਂ ਹੁਣ ਆਪਾਂ ਚੀਜ਼ ਵਰਤਦੇ ਹਾਂ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਘੱਟ ਆਉਣੀਆਂ ਪੂਰੀਆਂ ਹੈ ਨਾ ਅਤੇ ਚੱਲ ਹੁਣ ਐਂ ਬਸ ਥੋੜ੍ਹਾ ਦਾਣਾ ਜੋਗ ਦੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਅਤੇ ਹੁਣ ਤੁਹਾਨੂੰ ਜਾਣਕਾਰੀ ਨਵੀਆਂ ਨਵੀਆਂ ਰੋਜ਼ਾਨਾ ਦਿਆ ਕਰਾਂਗੇ ਤਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ